ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਸਵਰਨ ਸਿੰਘ ਕਹਿਣਾ ਤੁਸ ਜਿਹੜਾ ਪ੍ਰਾਈਮ ਸ਼ਾ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਹਰ ਰੋਸ ਤੇ ਤਰ੍ਹਾਂ ਹੀ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਲੰਘੇ ਕੱਲ ਪੰਜਾਬ ਦੇ ਵਿੱਚ ਧੁੱਪ ਚੰਗੀ ਨਿਕਲੀ ਆ ਚੋਖੀ ਨਿਕਲੀ ਆ 41 ਡਿਗਰੀ ਤੱਕ ਲੰਘੇ ਕੱਲ ਤਾਪਮਾਨ ਸੀ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਅਗਲੇ 4-5 ਦਿਨ ਪੰਜਾਬ ਦੇ ਵਿੱਚ ਕੜਾਕੇ ਦੀ ਧੁੱਪ ਪੈਣੀ ਆ ਪੂਰੀ ਗਰਮੀ ਪੈਣੀ ਆ ਮੌਸਮ ਖੁਸ਼ਕ ਰਹਿਣਾ 19 ਤੇ 20 ਮਈ ਨੂੰ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਬੱਦਲਬਾਈ ਹੋ ਸਕਦੀ ਆ ਪਰ 25 ਮਈ ਦੇ ਕਰੀਬ-ਕਰੀਬ ਲਗਭਗ 25 ਮਈ ਦੇ ਕਰੀਬ-ਕਰੀਬ ਦਾ ਜਿਹੜਾ ਸਮਾਂ ਹੋਊਗਾ ਉਦੋਂ ਕਹਿੰਦੇ 45 ਡਿਗਰੀ ਦੇ ਨੇੜੇ-ਤੇੜੇ ਤਾਪਮਾਨ ਪਹੁੰ ਤੇ ਪੰਜਾਬ ਦੇ ਵਿੱਚ ਇਤਕੀ 46 ਤੋਂ ਲੈ ਕੇ 47 ਡਿਗਰੀ ਤੱਕ ਤਾਪਮਾਨ ਰਹਿਣ ਦੀ ਆਸ ਹੈ ਜਿਸ ਦਿਨ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਯਾਨੀ ਕਿ 1 ਜੂਨ ਨੂੰ ਉਸ ਦਿਨ ਵੀ ਪੰਜਾਬ ਦੇ ਵਿੱਚ ਚੋਖੀ ਗਰਮੀ ਹੋਣੀ ਆ ਯਾਨੀ ਕਿ ਕਹਿਣ ਦਾ ਭਾਵ ਇਹ ਆ ਵੀ ਇਤਕੀ ਗਰਮੀ ਜਿਹਨੂੰ ਅਸੀਂ ਗਰਮੀ ਕਹਿੰਦੇ ਆ ਉਹ ਆਈ ਲੇਟ ਆ ਪਰ ਜਾਊਗੀ ਵੀ ਲੇਟ ਇਤਕੀ ਜਿਵੇਂ ਆਪਾਂ ਕਹਿੰਦੇ ਕਿ ਮਈ ਦੇ ਪਹਿਲੇ ਹਫਤੇ ਤੱਕ ਉਨੀ ਧੁੱਪ ਨਿਕਲੀ ਹੀ ਨਹੀਂ ਉਨੀ ਕੜਾਕੇ ਦੀ ਗਰਮੀ ਪਈ ਹੀ ਨਹੀਂ ਤੇ ਹੁਣ ਜਦੋਂ ਜੇਠ ਦਾ ਮਹੀਨਾ ਚੜ੍ਹ ਗਿਆ ਤੇ ਫਿਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਧੁੱਪ ਨੇ ਗਰਮੀ ਨੇ ਲੋ ਨੇ ਵਟ ਕੱਢਣੇ ਆ ਤੇ ਵਹਨੇ ਪਾਈ ਕੀ ਬਣਦਾ ਪਰ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਬੇਹੱਦ ਵੱਧ ਚੁੱਕੀ ਆ ਤੇ ਇਹ ਮੰਗ ਉਦੋਂ ਹੋਰ ਵੱਧਣੀ ਆ ਜਦੋਂ ਪੰਜਾਬ ਦੇ ਵਿੱਚ ਝੋਨਾ ਲਾਉਣ ਦਾ ਸਿਲਸਲਾ ਸ਼ੁਰੂ ਹੋ ਜਾਣਾ ਸੀਜ਼ਨ ਸ਼ੁਰੂ ਹੋ ਜਾਣਾ ਤੇ ਹੁੰਨੇ ਦੀ ਲਵਾਈ ਦਾ ਕੰਮ ਸਰਕਾਰੀ ਨਿਯਮਾਂ ਦੇ ਮੁਤਾਬਕ 11 ਜੂਨ ਤੋਂ ਸ਼ੁਰੂ ਹੋਣਾ ਬਾਕੀ ਵਹਨੇ ਪਾਈ ਕਿ ਹੋ ਜੀਆਂ ਹੋਰ ਖਬਰਾਂ ਆਉਂਦੀਆਂ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਪੰਜਾਬ ਦੀਆਂ ਵੱਖ-ਵੱਖ ਲੋਕ ਸਭਾ ਸੀਟਾਂ ਨਾਲ ਸਬੰਧਤ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ ਮੁਕੰਮਲ ਹੋ ਚੁੱਕਿਆ 7 ਮਈ ਤੋਂ ਨਾਮਜ਼ਦਗੀਆਂ ਦਾ ਕੰਮ ਸ਼ੁਰੂ ਹੋਇਆ ਸੀ ਤੇ 14 ਮਈ ਯਾਨੀ ਕਿ ਲੰਘੇ ਕੱਲ ਤੇ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ ਬੰਦ ਹੋ ਗਿਆ ਹੁਣ ਅੱਜ ਯਾਨੀ ਕਿ 15 ਤਰੀਕ ਨੂੰ ਪੰਜਾਬ ਦੇ ਵਿੱਚ ਇਹਨਾਂ ਦਾਖਲ ਹੋਏ ਕਾਗਜ਼ਾਂ ਦਾ ਪਰਤਾਲ ਹੋਊਗੀ ਪਰਚੋਲ ਹੋਊਗੀ ਤੇ 17 ਤਰੀਕ ਨੂੰ ਕਾਗਜ਼ ਵਾਪਸ ਲੈ ਸਕਦੇ ਆਂ ਕਈਆਂ ਨੇ ਆਪਣਾ ਮਨ ਬਦਲ ਲੈਣਾ ਕਿਸੇ ਵੀ ਕਾਰਨ ਕਰਕੇ ਕਿ ਭਾਈ ਆਪਣਾ ਕਾਗਜ਼ ਵਾਪਸ ਲੈ ਲਏ ਕਈਆਂ ਦੇ ਕਾਗਜ਼ ਰੱਦ ਵੀ ਹੋ ਜਾਣੇ ਕਿ ਭਾਈ ਇਹਨਾਂ ਦੇ ਕਾਗਜ਼ ਦੇ ਵਿੱਚ ਕੋਈ ਤਰੁੱਟੀ ਹੋਊਗੀ ਕਿਤੇ ਕੋਈ ਕਾਲਮ ਭਰ ਨਾ ਰਿਹਾ ਜਾਂ ਕੋਈ ਵੀ ਛੋਟੀ ਵੱਡੀ ਗਲਤੀ ਹੋ ਸਕਦੀ ਆ ਕਈਆਂ ਦੇ ਕਾਗਜ਼ ਰੱਦ ਹੋ ਜਾਣੇ ਆ ਕਈਆਂ ਨੇ ਕਾਗਜ਼ ਵਾਪਸ ਲੈ ਲੈਣੇ ਆ ਕਈ ਖੜਦੇ ਹੀ ਹੀ ਬਹਿਣ ਵਾਸਤੇ ਆ ਕਈ ਖੜਦੇ ਹੀ ਹੀ ਲੜਨ ਵਾਸਤੇ ਆ ਕਈ ਜਿੱਤਣ ਦੀ ਕੋਸ਼ਿਸ਼ ਕਰਦੇ ਆ ਤੇ ਕਈ ਸਿਰਫ ਤੇ ਸਿਰਫ ਸਵਾਰਜਾ ਲੈਣਾ ਹੁੰਦਾ ਵੀ ਭਾਈ ਆਪਾਂ ਵੀ ਚੋਣਾਂ ਦੇ ਵਿੱਚ ਖੜੇ ਆ ਸੋ ਵੇਨੇ ਭਾਈ ਕੀ ਬਣਦਾ ਪਰ ਮੇਰਾ ਅੰਦਾਜ਼ਾ ਵੀ ਇੱਥੇ ਕਿ 250 ਤੋਂ ਵੱਧ ਪੰਜਾਬ ਦੇ ਤਿ ਲੋਕ ਸਭਾ ਦੀਆਂ ਇਹਨਾਂ ਚੋਣਾਂ ਦੇ ਵਿੱਚ ਉਮੀਦਵਾਰ ਹੋਣਗੇ ਕੱਲ ਮੈਂ ਇੱਕ ਅੰਕੜਾ ਜਾਣ ਕੇ ਹੈਰਾਨ ਰਹਿ ਗਿਆ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਫਰੀਦਕੋਟ ਹਲਕੇ ਦੇ ਵਿੱਚ ਸਭ ਤੋਂ ਵੱਧ 32 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਲਗਭਗ 32 ਉਮੀਦਵਾਰਾਂ ਨੇ ਹੋ ਸਕਦਾ ਕਈਆਂ ਨੇ ਕਾਗਜ਼ ਵਾਪਸ ਲੈ ਲੈਣੇ ਹੋਣ ਕਿਸੇ ਦੇ ਕਾਗਜ਼ ਰੱਦ ਹੋ ਜਾਣ ਹੋ ਸਕਦਾ 28 ਰਹਿ ਜਾਣ ਹੋ ਸਕਦਾ 32 ਦੇ 32 ਰਹਿ ਜਾਣ ਹੋ ਸਕਦਾ 30 ਰਹਿ ਜਾਣ ਹੋ ਸਕਦਾ 25 ਰਹਿ ਜਾਣ ਇਹ ਪਤਾ ਲਗੂਗਾ 17 ਤਰੀਕ ਨੂੰ ਪਰ 32 ਜਣਾਂ ਦੇ ਵੱਲੋਂ ਕਾਗਜ਼ ਦਾਖਲ ਕੀਤੇ ਗਏ ਆ ਤੇ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਉਮੀਦਵਾਰ ਇਸ ਵੇਲੇ ਫਰੀਦਕੋਟ ਹਲਕੇ ਦੇ ਵਿੱਚ ਆ ਜਿਨ੍ਹਾਂ ਨੇ ਆਪਣੇ ਕਾਗਜ਼ ਭਰੇ ਆ ਜਿਨ੍ਹਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਆ ਇਹ ਕਹਿ ਦਈਏ ਚੋਣਾਂ ਲੜਨ ਦਾ ਚਾਹ ਇਹ ਕਹਿ ਰਹੀਏ ਵੀ ਪਾਈ ਅਸੀਂ ਆਪਣੇ ਅਧਿਕਾਰ ਦੀ ਵਰਤੋਂ ਕਰਨੀ ਚਾਹੁੰਦੇ ਹਾਂ ਇਹ ਸਭ ਦੇ ਆਪੋ ਆਪਣੇ ਕਾਰਨ ਤੇ ਸਭ ਦੇ ਆਪੋ ਆਪਣੇ ਖਿਆਲ ਆ 17 18 ਤਾਂ ਆਜ਼ਾਦ ਉਮੀਦਵਾਰੀ ਆ ਫਰੀਡ ਕੋਰਟ ਦੇ ਵਿੱਚ ਜਿਵੇਂ ਕਿ ਜਾਣਕਾਰੀ ਆਈ ਆ ਸੋ ਵੇਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਪੰਜਾਬ ਦੇ ਵਿੱਚ ਖਾਸ ਕਰਕੇ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਬੜਾ ਤਿੱਖਾ ਮੁਕਾਬਲਾ ਹੋਇਆ ਪਿਆ ਜੇ ਆਪਾਂ ਇਹ ਗੱਲ ਕਹਿ ਰਹੀਏ ਕਿ ਬਠਿੰਡੇ ਦੇ ਵਿੱਚ ਵੱਖ-ਵੱਖ ਉਮੀਦਵਾਰ ਸਾਰ ਰੋਕ ਕੇ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਵੀ ਬਠਿੰਡੇ ਦੇ ਲੋਕ ਕਿਹੜੇ ਪਾਸੇ ਨੂੰ ਰੁਝਾਨ ਰੱਖਦੇ ਆ ਕਿਉਂਕਿ ਕਹਿਣ ਨੂੰ ਤਾਂ ਸਾਰੇ ਹੀ ਕਹਿੰਦੇ ਕਿ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਪਰ ਉਮੀਦਵਾਰ ਨੂੰ ਪਤਾ ਹੀ ਹੁੰਦਾ ਕਿ ਮੈਂ ਕਿੱਥੇ ਜੇ ਖੜਾ ਅਸਲ ਦੇ ਵਿੱਚ ਹਰ ਬੰਦੇ ਨੂੰ ਪਤਾ ਹੁੰਦਾ ਕਿ ਮੈਂ ਕਿੱਥੇ ਜੇ ਖੜਾ ਤੇ ਮੈਂ ਕੀ ਕੁਝ ਅਤੀਤ ਦੇ ਵਿੱਚ ਕੀਤਾ ਤੇ ਲੋਕ ਮੇਰੇ ਉੱਤੇ ਕਿੰਨਾ ਕੁ ਭਰੋਸਾ ਕਰਦੇ ਆ ਤੇ ਕੀ ਮੈਂ ਭਰੋਸਾ ਬਣਾਉਣ ਵਾਲਾ ਕੰਮ ਕੀਤਾ ਜਾਂ ਮੈਂ ਬੇਥਵੀਆਂ ਛੱਡੀਆਂ ਸੋ ਇਸ ਵੇਲੇ ਜਿੰਨੇ ਵੀ ਉਮੀਦਵਾਰ ਕਿਤੇ ਵੀ ਆ ਉਹਨਾਂ ਨੂੰ ਖੁਦ ਨੂੰ ਇਸ ਗੱਲ ਦਾ ਪਤਾ ਪਰ ਫਿਰ ਵੀ ਉਹ ਟੋ ਟੋਕੇ ਦੇਖਦੇ ਲੋਕਾਂ ਨੂੰ ਵੀ ਭਾਈ ਕੀ ਬਣੂਗਾ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਬਠਿੰਡੇ ਦੀ ਲੋਕ ਸਭਾ ਦੀ ਚੋਣ ਆ ਜਿਹੜੀ ਉਹ ਬਾਦਲ ਪਰਿਵਾਰ ਦਾ ਪ੍ਰਵਖਤ ਤੈ ਕਰੂਗੀ ਜੇ ਤਾਂ ਮੰਨ ਲਓ ਹਰਸਿਮਰਤ ਕੌਰ ਬਾਦਲ ਜਿੱਤ ਜਾਂਦੇ ਨੇ ਤਾਂ ਉਸ ਤੋਂ ਬਾਅਦ ਬਾਦਲ ਪਰਿਵਾਰ ਦਾ ਸਿਆਸਤ ਦੇ ਵਿੱਚ ਵੱਡਾ ਨਾਂ ਥਾਂ ਇਸ ਹਾਲਾਤ ਦੇ ਵਿੱਚ ਵੀ ਵੱਡੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਵੀ ਬਰਕਰਾਰ ਰਹਿਣਾ ਪਰ ਜੇਕਰ ਇਸ ਤੋਂ ਉਲਟ ਨਤੀਜਾ ਆਉਂਦਾ ਤੇ ਫੇਰ ਭਾਈ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਬਹੁਤ ਵੱਡੀ ਜਿਹੜੀ ਕਿ ਚੜ੍ਹੋਤੀ ਤਾਂ ਪਹਿਲਾਂ ਵੀ ਆ ਇਹ ਬਹੁਤ ਵੱਡੀ ਇੱਕ ਹੋਰ ਚੜ੍ਹੋਤੀ ਦਾ ਸਾਹਮਣਾ ਕਰਨਾ ਪਊਗਾ ਵੀ ਭਵਿੱਖ ਦੇ ਵਿੱਚ ਬਣੂਗਾ ਕੀ ਜੇ ਮੰਨ ਲਓ ਸ਼੍ਰੋਮਣੀ ਅਕਾਲੀ ਦਲ ਨੂੰ 1 2 3 ਸੀਟਾਂ ਨਹੀਂ ਮਿਲਦੀਆਂ ਮੈਂ ਉਦਾਹਰਨ ਦੇ ਤੌਰ ਤੇ ਗੱਲ ਕਹਿਣਾ ਹੋ ਸਕਦਾ 5 ਜਿੱਤ ਜਾਣ ਹੋ ਸਕਦਾ 6 ਜਿੱਤ ਜਾਣ ਸੰਭਵ ਕੁਝ ਵੀ ਆ ਪਰ ਜੇਕਰ 1 2 3 ਸੀਟਾਂ ਵੀ ਨਹੀਂ ਹੁੰਦੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਇੱਕ ਬਹੁਤ ਨਮੋਸ਼ੀ ਵਾਲੀ ਗੱਲ ਹੋਣੀ ਆ ਹਾਲਾਂਕਿ ਪਿੰਡਾਂ ਦੇ ਵਿੱਚੋਂ ਕੁਝ ਕ ਲੋਕ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਅਕਾਲੀ ਦਲ ਦੀ ਵੋਟ ਬੈਂਕ ਪਿਛਲੇ ਕੁਝ ਵਰਿਆਂ ਦੇ ਮੁਕਾਬਲਤਾਂ ਨਹੀਂ ਜਾਂ ਕੁਝ ਮਹੀਨਿਆਂ ਦੇ ਮੁਕਾਬਲਤਾਂ ਪੱਕੀ ਹੋਈ ਆ ਉਹਨਾਂ ਦਾ ਇਹ ਕਹਿਣਾ ਕਿ ਪਿੰਡੂ ਖੇਤਰ ਦੇ ਵਿੱਚ ਅਕਾਲੀ ਦਲ ਦਾ ਵੋਟ ਬੈਂਕ ਥੋੜਾ ਜਿਹਾ ਮਜ਼ਬੂਤ ਹੋਇਆ ਇਹ ਥੋੜਾ ਜਿਹਾ ਸ਼ਬਦ ਜਦੋਂ ਵਰਤਦੇ ਆ ਤੇ ਉਹ ਥੋੜਾ ਜਿਹਾ ਕਿੰਨੇ ਕੁ ਰੂਪ ਦੇ ਵਿੱਚ ਆ ਇਹ ਤਾਂ ਹੁਣ 4 ਜੂਨ ਦੇ ਨਤੀਜਿਆਂ ਤੋਂ ਬਾਅਦ ਪਤਾ ਲੱਗਣਾ ਪਰ ਗੱਲ ਇਹ ਕਿ ਜੇਕਰ ਬੀਬੀ ਹਰਸਬਰਤ ਕੌਰ ਬਾਦਲ ਜਿੱਤ ਜਾਂਦੇ ਆ ਤਾਂ ਇਸ ਗੱਲ ਦੇ ਉੱਤੇ ਪੱਕੀ ਮੋਹਰ ਲੱਗ ਜਾਊਗੀ ਕਿ ਬਠਿੰਡੇ ਦੇ ਲੋਕ ਬਠਿੰਡਾ ਲੋਕ ਸਭਾ ਖੇਤਰ ਦੇ ਲੋਕ ਉਹਨਾਂ ਦੇ ਨਾਲ ਦਿਲੀ ਤੌਰ ਦੇ ਉੱਤੇ ਜੁੜੇ ਅਤੇ ਮੁਕਾਬਲਾ ਭਾਵੇਂ 3600 ਜਾਣੇ ਨਾਲ ਹੋਵੇ ਤੇ ਬੀਬੀ ਬਾਦਲ ਨੂੰ ਹਰਾ ਨਹੀਂ ਸਕਿਆ ਕੋਈ ਤੇ ਕੋਈ ਹਰਾ ਨਹੀਂ ਸਕੂਗਾ ਪਰ ਜੇਕਰ ਬੀਬੀ ਬਾਦਲ ਹਾਰ ਜਾਂਦੇ ਆ ਤੇ ਗੁਰਮੀਤ ਸਿੰਘ ਖੁੱਡੀਆਂ ਹੋਰੀ ਜਿੱਤ ਜਾਂਦੇ ਆ ਤਾਂ ਇਹ ਗੱਲ ਪੱਕੀ ਹੋ ਜੂਗੀ ਕਿ ਬਾਦਲ ਪਰਿਵਾਰ ਨੂੰ ਟੱਕਰ ਦੇਣ ਦੇ ਸਮਰੱਥ ਸਿਰਫ ਖੁੱਡੀਆਂ ਸਾਹਿਬ ਹੀ ਆ ਕਿਉਂਕਿ ਖੁੱਡੀਆਂ ਸਾਹਿਬ ਉਹ ਵਿਅਕਤੀ ਨੇ ਜਿਨ੍ਹਾਂ ਨੇ ਕਿ ਇਸ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਜੇਕਰ ਉਹ ਹਰਾਉਣ ਦੇ ਵਿੱਚ ਕਾਮਯਾਬ ਹੋਇਆ ਤੇ ਖੇਤੀਬਾੜੀ ਮੰਤਰੀ ਦਾ ਉਹਦਾ ਮਿਲਿਆ ਇਹ ਖੇਤੀਬਾੜੀ ਮੰਤਰੀ ਦਾ ਉਹਦਾ ਮਿਲਿਆ ਤੇ ਇਮਾਨਦਾਰੀ ਦੀ ਮਿਸਾਲ ਆ ਉਹ ਜਿਵੇਂ ਕਿ ਹੁਣ ਤੱਕ ਰਿਪੋਰਟਾਂ ਹੁੰਦੀਆਂ ਤੇ ਬਠਿੰਡੇ ਵਰਗੀ ਸੀਟ ਤੋਂ ਭਰੋਸਾ ਪ੍ਰਗਟਾਇਆ ਪਾਰਟੀ ਨੇ ਤਾਂ ਗੁਰਮੀਤ ਸਿੰਘ ਖੁੱਡੀਆਂ ਦਾ ਕਦ ਵੀ ਬਹੁਤ ਵੱਡਾ ਹੋਊਗਾ ਪੰਜਾਬ ਦੀ ਸਿਆਸਤ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਦਾ ਕਾਦਾ ਜਿਹੜਾ ਉਹ ਇਸ ਲੋਕ ਸਭਾ ਦੀ ਸੀਟ ਨੂੰ ਜੇਕਰ ਜਿੱਤ ਜਾਂਦੇ ਨੇ ਤਾਂ ਬਹੁਤ ਵੱਡਾ ਹੋਊਗਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਇਹ ਗੱਲ ਪੱਕੇ ਤੌਰ ਦੇ ਉੱਤੇ ਸਥਾਪਿਤ ਹੋ ਜਾਊਗੀ ਕਿ ਜੇਕਰ ਬਾਦਲ ਪਰਿਵਾਰ ਦਾ ਕੋਈ ਮੁਕਾਬਲਾ ਕਰ ਸਕਦਾ ਜਾਂ ਜੇਕਰ ਕੋਈ ਹਰਾਸਕਦਾ ਤਾਂ ਉਹ ਸਿਰਫ ਤੇ ਸਿਰਫ ਗੁਰਮੀਤ ਸਿੰਘ ਖੁੱਡੀਆਂ ਸੋ ਇਹ ਦੋ ਜਣਿਆਂ ਦਾ ਇੱਕ ਖੁੱਡੀਆਂ ਪਰਿਵਾਰ ਤੇ ਬਾਦਲ ਪਰਿਵਾਰ ਦਾ ਜਿਹੜਾ ਪਵੈਖਾ ਉਹ ਬਠਿੰਡੇ ਵਾਲੀ ਸੀਟ ਨੇ ਤੈਅ ਕਰ ਦੇਣਾ ਸੋ ਬਾਜ਼ੀ ਹਰ ਰੋਜ਼ ਪਲਟਣ ਦੀ ਕੋਸ਼ਿਸ਼ ਹੋ ਰਹੀ ਹੋਊਗੀ ਜਿਹੜੀ ਕਿ ਆਮ ਲੋਕਾਂ ਨੂੰ ਦਿਸਦੀ ਨਹੀਂ ਜੋੜ ਤੋੜ ਹਰ ਪੱਦਰ ਦੇ ਉੱਤੇ ਚੱਲ ਰਿਆ ਹੋਊਗਾ ਜਿਹੜਾ ਕਿ ਆਮ ਲੋਕਾਂ ਨੂੰ ਦਿਸਦਾ ਨਹੀਂ ਕੀ ਦੀ ਵੋਟ ਨੂੰ ਕਿੱਥੇ ਕਾਟ ਕਰਨੀ ਆ ਕਿੰਨਾਂ ਨੂੰ ਕਿਵੇਂ ਮਗਰ ਲਾਉਣਾ ਇਹ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਕੋਸ਼ਿਸ਼ ਕਰਨੇ ਹੋਣਗੇ ਜਿਹੜੇ ਕਿ ਹਾਲੇ ਤੱਕ ਦਿਸਦੇ ਨਹੀਂ ਪਰ ਅੰਦਰ ਖਾਤੇ ਦਿਨ ਤੇ ਰਾਤ ਬਹੁਤ ਕੁਝ ਚੱਲ ਰਿਹਾ ਸੀ ਚੱਲ ਰਿਹਾ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਉਧਰ ਜੇਕਰ ਲੱਖਾਂ ਸਧਾਨਾਂ ਨੂੰ ਬਹੁਤ ਵੱਡੀ ਵੋਟ ਪੈ ਜਾਂਦੀ ਆ ਇਹਦਾ ਮਤਲਬ ਇਹ ਆ ਕਿ ਇੱਕ ਨੌਜਵਾਨ ਆਗੂ ਆ ਜਿਹੜਾ ਉਹਨੂੰ ਲੋਕਾਂ ਨੇ ਰਾਜਨੀਤੀ ਦੇ ਵਿੱਚ ਪ੍ਰਵਾਨ ਕਰ ਲਿਆ ਭਾਵੇਂ ਕਿ ਉਹ 2022 ਦੀ ਚੋਣ ਦੇ ਵਿੱਚ ਹਾਰੇ ਪਰ ਲੋਕਾਂ ਨੇ ਉਹਨਾਂ ਨੂੰ ਪ੍ਰਵਾਨ ਕਰ ਲਿਆ ਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਵਿੱਚ ਆ ਕੇ ਨਾਲ ਜੁੜ ਕੇ ਟਿਕਟ ਲੈ ਕੇ ਲੱਖਾ ਸੁਧਾਣਾ ਨੇ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਇਹ ਇੱਕ ਪ੍ਰਭਾਵ ਜਾਊਗਾ ਜੇਕਰ ਉਹਨਾਂ ਨੂੰ ਸੋਹਣੀ ਵੋਟ ਪੈ ਜਾਂਦੀ ਹੈ ਪਰ ਜੇਕਰ ਜੀਤ ਮਹਿੰਦਰ ਸਿੰਘ ਸਿੱਧੂ ਜਿੰਤਨ ਚ ਕਾਮਯਾਬ ਹੁੰਦੇ ਆ ਤਾਂ ਇਹਦਾ ਮਤਲਬ ਇਹ ਹੋਊਗਾ ਕਿ ਦਲ ਬਦਲੀ ਵਾਲੀ ਕੋਈ ਗੱਲ ਨਹੀਂ ਉਹਨਾਂ ਦਾ ਆਧਾਰ ਪੱਕਾ ਸੀ ਹੈ ਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਜੋ ਸਮਰਥਨ ਕੀਤਾ ਗਿਆ ਉਹਦਾ ਵੀ ਅਸਰ ਪਿਆ ਤੇ ਬਾਕੀ ਜਿਹੜਾ ਉਹ ਇਸ ਵੇਲੇ ਕਾਂਗਰਸ ਨੇ ਇਕਜਟ ਹੋ ਕੇ ਹਮਲਾ ਮਾਰਿਆ ਪਰ ਜੇਕਰ ਪਰਮਪਾਲਕ ਔਰ ਸੋਣੀ ਵੋਟ ਲੈ ਜਾਂਦੇ ਆ ਤਾਂ ਮਤਲਬ ਇਹ ਆ ਕਿ ਬੀਜੇਪੀ ਬਠਿੰਡੇ ਵਰਗੇ ਜਿਹਨੂੰ ਅਸੀਂ ਮਾਲਵੇ ਦਾ ਗੜ ਕਹਿੰਦੇ ਮਠੰਡਾ ਖੇਤਰ ਤੇ ਉਥੇ ਵੀ ਬੀਜੇਪੀ ਆਪਦੇ ਪੈਰ ਪੱਕੇ ਕਰਨ ਦੇ ਵਿੱਚ ਸਥਾਪਿਤ ਹੋ ਗਈ ਆ ਸਫਲ ਹੋ ਗਈ ਆ ਫਿਰ ਇਹਦਾ ਇਹ ਪ੍ਰਭਾਵ ਜਾਊਗਾ ਸੋ ਸਮੇਂ ਨੇ ਬਿਆਨ ਕਰਨਾ ਸਾਰੀ ਗੱਲ ਸਮੇਂ ਦੇ ਉੱਤੇ ਨਿਰਭਰ ਕਰਦੀ ਆ ਵੀ ਆਉਂਦੇ ਸਮੇਂ ਦੇ ਵਿੱਚ ਕੌਣ ਕਿਹਨੂੰ ਚਕਾ ਨਹੀਂ ਦਿੰਦਾ ਤੇ ਕੌਣ ਕਿਹਦੀਆਂ ਝੜਾਂ ਵੜਦਾ ਪਰ ਭਾਜਪੀ ਦੇ ਵੱਲੋਂ ਐਤਕੀਂ ਪੰਜਾਬ ਦੇ ਵਿੱਚ ਪੂਰੇ ਦੇ ਪੂਰੇ 13 ਦੇ 13 ਲੋਕ ਸਭਾ ਖੇਤਰਾਂ ਦੇ ਵਿੱਚ ਆਪਣੇ ਆਪਣੇ ਉਮੀਦਵਾਰ ਖੜੇ ਕੀਤੇ ਗਏ ਆ ਆਕਾਲੀ ਦਲ ਨੇ ਆਪਣੇ ਕੀਤੇ ਬਸਪਾ ਨੇ ਆਪਣੇ ਕੀਤੇ ਆ ਸੋ ਜਦੋਂ ਹੁਣ ਕੱਲੇ ਕੱਲੇ ਚੋਣ ਲੜਦੇ ਆ ਤੇ ਕੌਣ ਕਿਹਦੀਆਂ ਜੜਾਂ ਵੱਡੂਗਾ ਇਹਦੇ ਬਾਰੇ ਵੀ ਕੁਝ ਨਹੀਂ ਪਤਾ ਪਰ ਇਹ ਗੱਲ ਜ਼ਰੂਰ ਹੈ ਜੀ ਕਿ ਬਠਿੰਡਾ ਇੱਕ ਇਹੋ ਜਿਹਾ ਖੇਤਰ ਹੈ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਮੋਹਰੀ ਕਤਾਰ ਦੇ ਵੱਖ-ਵੱਖ ਨਾਮਣੇ ਵਾਲੇ ਉਮੀਦਵਾਰ ਆ ਵੱਖ-ਵੱਖ ਪਾਰਟੀਆਂ ਦੇ ਇਹ ਸਾਰੇ ਦੇ ਸਾਰੇ ਆਕਾਲੀ ਪਛੋਕੜ ਵਾਲੇ ਆ ਹਰਸਿਮਰਤ ਕੌਰ ਬਾਦਲ ਆਕਾਲੀ ਦਲ ਦੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦਾ ਪਰਿਵਾਰਕ ਪਛੋਕੜ ਅਕਾਲੀ ਦਲ ਦਾ ਜੀਤ ਮਹਿੰਦਰ ਸਿੰਘ ਸਿੱਧੂ ਅਕਾਲੀ ਦਲ ਤੋਂ ਕਾਂਗਰਸ ਦੇ ਵਿੱਚ ਆਏ ਆ ਲੱਖਾਂ ਸਿਧਾਨਾ ਅਕਾਲੀ ਦਲ ਦੇ ਨਾਲ ਜੁੜੇ ਰਹੇ ਆ ਪਰਮਪਾਲ ਕੌਰ ਨੇ ਸੋਹਰਾ ਸਾਹਿਬ ਸਿਕੰਦਰ ਸਿੰਘ ਮਲੂਕਾ ਅਜ ਵੀ ਅਕਾਲੀ ਦਲ ਦੇ ਵਿੱਚ ਹੈ ਮਤਲਬ ਇਹ ਹੈ ਕਿ ਐਤਕੀ ਪੰਜਾਬ ਦਾ ਰਾਜਨੀਤਿਕ ਦ੍ਰਿਸ਼ ਆਮ ਨਾਲੋਂ ਖਾਸਾ ਅਵੱਲਾ ਸੋ ਦੂਜੀ ਸੀਟ ਆ ਜਿਹੜੀ ਸੰਗਰੂਰ ਵਾਲੀ ਉਹਦੇ ਵੱਲ ਧਿਆਨ ਇਸ ਕਰਕੇ ਟਿਕਿਆ ਕਿ ਮੀਤ ਹੇਰ ਹਾਰੂ ਜਾਂ ਸੁਖਪਾਲ ਸਿੰਘ ਖੇੜਾ ਹਾਰੂ ਉਥੇ ਦੋ ਬੰਦਿਆਂ ਦੀ ਚਰਚਾ ਸਭ ਤੋਂ ਵੱਧ ਚੱਲ ਰਹੀ ਆ ਮੀਤ ਹੇਰ ਜਿੱਤੂ ਜਾਸੁਖਪਾਲ ਸਿੰਘ ਖਹਿਰਾ ਜਿੱਤੂ ਇੱਕ ਹਾਰੂ ਇੱਕ ਜਿੱਤੂ ਹਰਨਗੇ ਕਈ ਜਿੱਤੂ ਇਹ ਕਹਿਣ ਦਾ ਭਾਵ ਇਹ ਆ ਪਰ ਲੱਗੇ ਕੱਲ ਕੁਰੜ ਪਿੰਡ ਜਿਹੜਾ ਕਿ ਮੀਤ ਹੇਰ ਸਾਹਿਬ ਦਾ ਜਿਹੜਾ ਕਿ ਕੈਬਨਿਟ ਮੰਤਰੀ ਨੇ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਨੌਜਵਾਨ ਦੀ ਓਵਰਡੋਜ਼ ਦੇ ਕਰਕੇ ਮੌਤ ਹੋਈ ਆ ਤੇ ਸੁਖਪਾਲ ਸਿੰਘ ਖਹਿਰਾ ਉੱਥੇ ਗਏ ਆ ਹਾਲਚਲ ਪੁੱਛਣ ਦੇ ਲਈ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਉਹਨਾਂ ਨੇ ਕਹਿ ਜੀ ਕਿ ਪੰਜਾਬ ਚੋਂ ਨਸ਼ਾ ਮੁਕਿਆ ਨਹੀਂ ਇਹ ਉਹਦੀ ਇੱਕ ਬਹੁਤ ਵੱਡੀ ਉਦਾਹਰਨ ਆ ਕਿ ਮੰਤਰੀ ਸਾਹਿਬ ਦੇ ਪਿੰਡ ਦੇ ਵਿੱਚ ਵੀ ਓਵਰਡੋਜ਼ ਦੇ ਕਰਕੇ ਮੁੰਡੇ ਮਰ ਰਹੇ ਆ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਪਾਵੇਂ ਸਰਕਾਰ ਕਾਂਗਰਸ ਦੀ ਹੋਵੇ ਤੇ ਪਾਵੇਂ ਹੋਵੇ ਭਾਜਪੀ ਦੀ ਤੇ ਪਾਵੇਂ ਅਕਾਲੀ ਦਲ ਦੀ ਤੇ ਪਾਵੇਂ ਕਿਸੇ ਹੋਰ ਧਰਦੀ ਜਦੋਂ ਮੁੰਡੇ ਮਰਦੇ ਆ ਜਦੋਂ ਕੁੜੀਆਂ ਦਾ ਨੁਕਸਾਨ ਹੁੰਦਾ ਜਦੋਂ ਜਵਾਨੀ ਤੇ ਕਿਸਾਨੀ ਤੜਕਦੀ ਆ ਉਦੋਂ ਸਰਕਾਰਾਂ ਦੇ ਉੱਤੇ ਹਰਖ ਜ਼ਰੂਰ ਆਉਂਦਾ ਕਿ ਭਾਈ ਯਾਰ ਇਹ ਕਿੰਨੀ ਕੁ ਦੇਰ ਤੱਕ ਬਲੀ ਦੇ ਬੱਕਰੇ ਬਣਨਗੇ ਪਰ ਮੇਰੀ ਪੰਜਾਬ ਦੀ ਜਵਾਨੀ ਨੂੰ ਵੀ ਇੱਕ ਬੇਨਤੀ ਆ ਵੀ ਤੁਸੀਂ ਵੀ ਆਪਣੀ ਬੁੱਢੀ ਬੇਬੇ ਦੇ ਵਾਲ ਤੇ ਤੁਸੀਂ ਆਪਣੇ ਬਜ਼ੁਰਗ ਬਾਪੂ ਦੇ ਵਾਲ ਦੇਖਣਾ ਸ਼ੁਰੂ ਕਰੋ ਆਪਦੀ ਭੈਣ ਵੱਲ ਵੇਖਣਾ ਸ਼ੁਰੂ ਕਰੋ ਕਿ ਉਹਦੇ ਹੱਥ ਵੀ ਪੀਲੇ ਕਰਨੇ ਆ ਇਹ ਸਮਾਂ ਐਸਾ ਵੀ ਆਪਣੇ ਆਪ ਨੂੰ ਵੀ ਬਚਾਉਣ ਦੀ ਲੋੜ ਆ ਇਹ ਸਮਾਂ ਐਸਾ ਵੀ ਸਿਰਫ ਤੇ ਸਿਰਫ ਦੂਜੇ ਦੇ ਉੱਤੇ ਟੇਕ ਰੱਖ ਕੇ ਆਪਾਂ ਆਪਦੀ ਜ਼ਿੰਦਗੀ ਦੇ ਵਿੱਚ ਸਫਲ ਨਹੀਂ ਹੋ ਸਕਦੇ ਸੋ ਵੇਨੇ ਆ ਭਾਈ ਆ ਚੋਣਾ ਕੀ ਕਰਦਿਆਂ ਮੈਂ ਫੇਰ ਬੇਨਤੀ ਕਰਦਾ ਅੱਜ 15 ਤਰੀਕਾ ਭਾਰਤੀ ਸਮੇਂ ਤੇ ਤਰੀਕ ਦੇ ਮੁਤਾਬਕ ਹਾਲੇ ਸਾਡੇ ਕੋਲੇ 15 ਨਾਂ ਬਾਕੀ ਨੇ ਇਨ੍ਹਾਂ 15 ਨਾਂ ਦੇ ਵਿੱਚ ਪੰਜਾਬ ਦੇ ਲੋਕ ਜੀਨੂੰ ਜਿਹੜਾ ਮਰਜ਼ੀ ਸਵਾਲ ਪੁੱਛ ਲੈਣ ਪਿਆਰ ਨਾਲ ਤਹਜ਼ੀਬ ਨਾਲ ਤਰਕ ਨਾਲ ਤੱਥ ਨਾਲ ਲੜੋ ਨਾ ਸੋਹਣੇ ਸਵਾਲ ਪੁੱਛਿਆ ਸੋਹਣੇ ਸਵਾਲ ਪੁੱਛੋ ਹੋਰ ਵੀ 15 ਦਿਨ ਬਾਅਦ ਬਾਅਦ ਦੇ ਵਿੱਚ ਗੋਡਿਆਂ 'ਚ ਸਿਰ ਦੇ ਕੇ ਰੋਲਿਓ ਜਾਂ ਹੱਸੀ ਜਾਇਓ ਜਾਂ ਨੱਚੀ ਜਾਇਓ ਜਾਂ ਪਿੱਟੀ ਜਾਇਓ ਕੋਈ ਫਰਕ ਨਹੀਂ ਪੈਣਾ ਕਿਸੇ ਨੂੰ ਆਹ 15 ਦਿਨ ਜਿਹੜੇ ਸਵਾਲ ਆਪਾਂ ਇੱਕ ਦੂਜੇ ਨੂੰ ਘਰ ਦੇ ਵਿੱਚ ਐਵੇਂ ਕਰੀ ਜਾਂਨੇ ਆ ਆਪਾਂ ਕਦੇ ਉਹਦੇ 'ਚ ਨੁਕਸ ਕਰਤਾ ਕਦੇ ਉਹਦੇ 'ਚ ਨੁਕਸ ਕਰਤੀ ਪਰ ਐਤਕੀ ਆਪਾਂ ਹੁਣ 15 ਦਿਨਾਂ ਦੇ ਵਿੱਚ ਸਵਾਲ ਕਰ ਲਏ ਸ਼ਾਇਦ ਆਪਣਾ ਆਪਣਾ ਰੱਖ ਬਦਲ ਜੇ ਸ਼ਾਇਦ ਚੰਗੇ ਚੁਣੇ ਜਾਣ ਸ਼ਾਇਦ ਗਲਤ ਨੂੰ ਵੋਟਾਂ ਨਾ ਪੈਣ ਲੰਘ ਕੱਲ ਖਡੂਰ ਸਾਹਿਬ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਗੱਲ ਕਹੀ ਆ ਕਿ ਨਾਮਜ਼ਦਗੀਆਂ ਸਭ ਦੀਆਂ ਦਾਖਲ ਹੋਗੀਆਂ ਪਰ ਇਹਦੇ ਵਿੱਚ ਇੱਕ ਹੈਰਾਨੀ ਵਾਲੀ ਗੱਲ ਇਹ ਜ਼ਰੂਰ ਪੈਦਾ ਹੋਈ ਹੈ ਕਿ ਅਮਰਤਪਾਲ ਸਿੰਘ ਦੇ ਮੁਕਾਬਲੇ ਦੇ ਵਿੱਚ ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਚੋਣ ਲੜਨ ਤੋਂ ਇਨਕਾਰ ਕਰਤਾ ਸੀ ਉਹਨਾਂ ਨੇ ਆਪਣਾ ਉਮੀਦਵਾਰ ਵਾਪਸ ਲੈ ਲਿਆ ਸੀਗਾ ਪਰ ਫਿਰ ਵੀ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਬੰਦੇ ਨੇ ਆਪਣੇ ਕਾਗਜ਼ ਲੰਗੇ ਕੱਲੇ ਦਾਖਲ ਕਰਤੇ ਆ ਇਹਦੇ ਪਿੱਛੇ ਵਜ੍ਹਾ ਕੀ ਆ ਕਾਰਨ ਕੀ ਹੋਊਗਾ ਸਵਾਲਾਂ ਦਾ ਸਵਾਲ ਇਹ ਆ ਇਹਦੇ ਪਿੱਛੇ ਕੋਈ ਸਾਜ਼ਿਸ਼ ਆ ਇਹਦੇ ਪਿੱਛੇ ਕੋਈ ਵੱਡਾ ਕਾਰਨ ਆ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਕਿਉਂਕਿ ਪਹਿਲਾਂ ਇਹ ਗੱਲ ਕਹੀ ਗਈ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਵੱਲੋਂ ਕਿ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਅਸੀਂ ਆਪਣੀ ਪਾਰਟੀ ਦਾ ਉਮੀਦਵਾਰ ਵਾਪਸ ਲੈਣ ਲੱਗੇ ਆ ਤੇ ਲੋਕਾਂ ਨੇ ਵੀ ਗੱਲ ਕਹੀ ਵੀ ਜੇਕਰ ਉਹਨਾਂ ਨੇ ਆਪਣਾ ਉਮੀਦਵਾਰ ਵਾਪਸ ਲੈ ਲਏ ਤੇ ਫਲਾਣੀਆਂ ਫਲਾਣੀਆਂ ਪਾਰਟੀਆਂ ਵੀ ਭਾਈ ਆਪਣਾ ਉਮੀਦਵਾਰ ਵਾਪਸ ਲੈਣ ਇਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜ਼ਿਕਰ ਸੋਸ਼ਲ ਮੀਡੀਆ ਤੇ ਜ਼ਰੂਰ ਛੜਿਆ ਬਾਕੀ ਮੈਨੂੰ ਖਡੂਰ ਸਾਹਿਬ ਦੇ ਵਿੱਚ ਹਾਲੇ ਜਾਣ ਦਾ ਮੌਕਾ ਨਹੀਂ ਮਿਲਿਆ ਪਰ ਜਿਹੜੇ ਭੈਣਾ ਵੀਰ ਉੱਥੋਂ ਫੋਨ ਕਰਦੇ ਆ ਉਹ ਦੱਸਦੇ ਆ ਜੀ ਕਿ ਮੁਕਾਬਲੇ ਦੇ ਵਿੱਚ ਅਮਰਪਾਲ ਸਿੰਘ ਵੀ ਹੈ ਤੇ ਇਸ ਗੱਲ ਨੂੰ ਛੁਟਲਾਇਆ ਨਹੀਂ ਜਾ ਸਕਦਾ ਕਿ ਮੁਕਾਬਲਾ ਉੱਥੇ ਚਾਰ ਕੋਨਾ ਜਾਂ ਪੰਜ ਕੋਨਾ ਹੋਊਗਾ ਪਰ ਇਹ ਕਿਹੜੇ ਕਾਰਨਾਂ ਜਿਹਦੇ ਕਰਕੇ ਨਾਮਜ਼ਦਗੀ ਦਾਖਲ ਕਰਨ ਦੇ ਬਿਲਕੁਲ ਐਨ ਮੌਕੇ ਦੇ ਉੱਤੇ ਆਖਰੀ ਦਿਨ ਤੇ ਸਿਮਰਨਜੀਤ ਸਿੰਘ ਮਾਨ ਖੁਰਾਂ ਦੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਖੜਾ ਕਰਤਾ ਕਈ ਲੋਕਾਂ ਨੇ ਵੀ ਭਾਈ ਫਿੱਕ ਪੈ ਗਈ ਕਿਉਂਕਿ ਆਪਾਂ ਤਾਂ ਕੁਝ ਨਾ ਕੁਝ ਕਹਿਣਾ ਹੀ ਹੁੰਦਾ ਕਈ ਲੋਕਾਂ ਨੇ ਗੱਲ ਕਹਿੰਦੇ ਵੀ ਭਾਈ ਇਹਦੇ ਵਿੱਚ ਵਿਚਾਰਧਾਰਕ મત ਪੈਦਾ ਆ ਗਏ ਪਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਆਪਣਾ ਪੱਖ ਜ਼ਾਹਰ ਕੀਤਾ ਉਹਨਾਂ ਨੇ ਦੱਸਿਆ ਵੀ ਭਾਈ ਅਸੀਂ ਆਪਣਾ ਬੰਦਾ ਐਨ ਮੌਕੇ ਦੇ ਉੱਤੇ ਕਿਉਂ ਖੜਾ ਕਰਤਾ ਉਹਨਾਂ ਨੇ ਦੱਸਿਆ ਜੀ ਕਿ ਕੁਝ ਵੀ ਹੋ ਸਕਦਾ ਸੀ ਇਸ ਕਰਕੇ ਅਸੀਂ ਆਪਣਾ ਬੰਦਾ ਖੜਾ ਕਰਤਾ ਸੋ ਵੇਨੇ ਪਾਈ ਕੀ ਬੰਦਾ ਆਉਂਦੇ ਸਮੇਂ ਦੇ ਵਿੱਚ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਤੇ ਫਿਰ ਕਰਾਂਗੇ ਟਿੱਪਣੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਇਸ ਦੇ ਪਿੱਛੇ ਉਹਨਾਂ ਨੇ ਵਜ੍ਹਾ ਵੀ ਜ਼ਾਹਰ ਕੀਤੀ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਰੱਦ ਹੋ ਜਾਂਦੇ ਨੇ ਤਾਂ ਉਹ ਹਰਪਾਲ ਸਿੰਘ ਬਲੇਰ ਨੂੰ ਚੋਣ ਲੜਵਾਉਣਗੇ ਪਰ ਜੇਕਰ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਰੱਦ ਨਹੀਂ ਹੁੰਦੇ ਤਾਂ ਉਹ ਹਰਪਾਲ ਸਿੰਘ ਬਲੇਰ ਦਾ ਨਾਮ ਵਾਪਸ ਲੈ ਲੈਣਗੇ ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਨੇ ਹਰਿਆਣਾ ਤੇ ਚੰਡੀਗੜ੍ਹ ਦੇ ਵੋਟਰਾਂ ਨੂੰ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਇੱਕ ਸੰਦੇਸ਼ ਦਿੰਦੇ ਹੋਏ ਅਪੀਲ ਦੇ ਰੂਪ ਦੇ ਵਿੱਚ ਪ੍ਰਗਟ ਕੀਤੇ ਨੇ ਉਹਨਾਂ ਨੇ ਸੰਗਰੂਰ ਖਡੂਰ ਸਾਹ ਬਠਿੰਡਾ ਅੰਮ੍ਰਿਤਸਰ ਆਨੰਦਪੁਰ ਸਾਹ ਲੁਧਿਆਣਾ ਪਟਿਆਲਾ ਜਲੰਧਰ ਗੁਰਦਾਸਪੁਰ ਹੁਸ਼ਿਆਰਪੁਰ ਫਰੀਦਕੋਟ ਫਿਰੋਜ਼ਪੁਰ ਫਤਿਹਗੜ੍ਹ ਸਾਹ ਦੇ ਵੋਟਰਾਂ ਤੇ ਸਮਰਥਕਾਂ ਨੂੰ ਸਹਿਯੋਗ ਕਰਕੇ ਪ੍ਰਚਾਰ ਨੂੰ ਸਿਖਰਾਂ ਦੇ ਉੱਤੇ ਪਹੁੰਚਾਉਣ ਦੇ ਲਈ ਸਭ ਦਾ ਧੰਨਵਾਦ ਕੀਤਾ ਉਹਨਾਂ ਨੇ ਆਪਣੇ ਮਨ ਦੇ ਬਲਵਲੇ ਵੀ ਸਾਂਝੇ ਕੀਤੇ ਨੇ ਕਿਸ ਸਿੱਖਾਂ ਦੇ ਬਾਰੇ ਕਿਸੇ ਵੀ ਪਾਰਟੀ ਨੇ ਕੁਝ ਨਹੀਂ ਸੋਚਿਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਮੇਂ ਦੀਆਂ ਹਕੂਮਤਾਂ ਦੇ ਵੱਲੋਂ ਕਦੇ ਵੀ ਕਿਸੇ ਦੀ ਕਦਰ ਨਹੀਂ ਕੀਤੀ ਗਈ ਅੱਜ ਪੰਜਾਬ ਦੇ ਵਿੱਚ ਤੇ ਕੇਂਦਰ ਦੇ ਵਿੱਚ ਹਾਲਾਤ ਚਿੰਤਾਜਨਕ ਨੇ ਉਹਨਾਂ ਨੇ ਇਸ ਗੱਲ ਦੇ ਉੱਤੇ ਵਿਚਾਰ ਤਾਂ ਜ ਕਿਤੇ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਖਡੂਰ ਸਾਹਿਬ ਵਾਲੀ ਸੀਟ ਦੇ ਵਿੱਚ ਲਗਾਤਾਰ ਕਈ ਤਰ੍ਹਾਂ ਦੇ ਮੋੜ ਆ ਰਹੇ ਆਏ ਕਈ ਪਿੰਡਾਂ ਦੇ ਵੱਲੋਂ ਜਿੰਨੀ ਕਿ ਸਾਨੂੰ ਇੱਥੇ ਬੈਠਿਆਂ ਨੂੰ ਜਾਣਕਾਰੀ ਮਿਲੀ ਆ ਕਿ ਖਡੂਰ ਸਾਹਿਬ ਦੇ ਵਿੱਚ ਕਈ ਪਿੰਡਾਂ ਦੇ ਵੱਲੋਂ ਮਤੇ ਪਾਸ ਕੀਤੇ ਜਾ ਰਹੇ ਹਨ ਜਾਂ ਕੀਤੇ ਗਏ ਹਨ ਕਿ ਭਾਈ ਇੱਥੇ ਕਿਸੇ ਹੋਰ ਪਾਰਟੀ ਦਾ ਅਸੀਂ ਬੂਥ ਨਹੀਂ ਲਗਣਦੇ ਆਗੇ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਮਤੇ ਪਾਸ ਕੀਤੇ ਜਾ ਰਹੇ ਆ ਜੇ ਇਹ ਪ੍ਰਕਿਰਿਆ ਜਾਰੀ ਰਹਿੰਦੀ ਹੈ ਤਾਂ ਬਾਕੀ ਵਕ ਵਕ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਲਈ ਇੱਕ ਬਹੁਤ ਵੱਡਾ ਖਤਰਾ ਤੇ ਬਹੁਤ ਵੱਡਾ ਸੰਕਟ ਆ ਬਹੁਤ ਵੱਡਾ ਝਟਕਾ ਹੋਊਗਾ ਪਰ ਜੇਕਰ 2 4 5 ਪਿੰਡ ਇਦਾਂ ਦਾ ਫੈਸਲਾ ਕਰਦੇ ਆ ਫਿਰ ਆਪਾਂ ਇਹਨੂੰ ਐਡਾ ਵੱਡਾ ਖਤਰਾ ਕਹਿ ਵੀ ਨਹੀਂ ਸਕਦੇ ਲੋਕਾਂ ਦੀ ਮਰਜ਼ੀ ਹੈ ਉਹਨੇ ਕਿਹੜੇ ਪਾਸੇ ਨੂੰ ਜਾਣਾ ਕਿਹੜੇ ਪਾਸੇ ਨੂੰ ਨਹੀਂ ਇਹ ਉਹ ਵੇਲਾ ਜਦੋਂ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਹੈ ਪਰ ਬਿਰਸਾ ਸਿੰਘ ਬਲਟੋਹਾ ਦੀ ਕੱਲ ਮੈਂ ਇੱਕ ਵੀਡੀਓ ਦੇਖੀ ਜਿਹੜੇ ਕਿ ਅਕਾਲੀ ਦਲ ਦੇ ਉਮੀਦਵਾਰ ਨੇ ਉਹ ਕਹਿੰਦੇ ਵੀ ਅਮਰਤਪਾਲ ਦੇ ਮਾਂ-ਬਾਪ ਇਹ ਗੱਲ ਕਹਿ ਰਹੇ ਨੇ ਕਿ ਅਮਰਤਪਾਲ ਹੁਣ ਮੁਖਤਰਾ ਦੇ ਵਿੱਚ ਆ ਜਾਵੇਗਾ ਜਾਂ ਆਉਣਾ ਚਾਹੁੰਦਾ ਉਹਨਾਂ ਨੇ ਕਿਹਾ ਜੀ ਕਿ ਜੇਕਰ ਅਮਰਤਪਾਲ ਮੁਖਤਰਾ ਦੇ ਵਿੱਚ ਆਉਂਦਾ ਤਾਂ ਅਸੀਂ ਸਵਾਗਤ ਕਰਦੇ ਹਾਂ ਹੁਣ ਮੁਖਤਰਾ ਦੀ ਆਪਾਂ ਕੀ ਪਰਭਾਸ਼ਾ ਬਣਾਉਣੀ ਆ ਕੀ ਇਹਦੇ ਅਰਥ ਕੱਢਣੇ ਆ ਇਹ ਸਭ ਪੰਜਾਬੀਆਂ ਦੀ ਆਪੋ ਆਪਣੀ ਮਰਜ਼ੀ ਆ ਪਰ ਅੰਮ੍ਰਿਤਪਾਲ ਸਿੰਘ ਤੇ ਵਿਰਸਾ ਸਿੰਘ ਬਲਟੋਹਾ ਦੇ ਵਿਚਾਰ ਧਾਰਕ મતਭੇਦ ਜਾਂ ਕਹਿ ਲਈਏ ਮਾਪਿਆਂ ਦੇ ਤੇ ਬਲਟੋਹਾ ਹੋਰਾਂ ਦੇ ਵਿਚਾਰ ਧਾਰਕ મતਭੇਦ ਸਮੇਂ-ਸਮੇਂ ਤੇ ਕਈ ਵਾਰ ਸਾਹਮਣੇ ਆਏ ਆ ਬਲਟੋਹਾ ਸਾਹਿਬ ਇਹ ਗੱਲ ਕਹਿੰਦੇ ਆ ਕਿ ਅੰਮ੍ਰਿਤਪਾਲ ਦੇ ਮਾਪਿਆਂ ਨੇ ਗੱਲ ਕਹੀ ਸੀ ਕਿ ਜੇਕਰ ਤੁਹਾਨੂੰ ਟਿਕਟ ਮਿਲੀ ਅਕਾਲੀ ਦਲ ਦੇ ਵੱਲੋਂ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਖੜਾ ਨਹੀਂ ਕਰਾਂਗੇ ਤੁਹਾਡਾ ਸਮਰਥਨ ਕਰਾਂਗੇ ਮਾਪੇ ਇਹ ਗੱਲ ਕਹਿੰਦੇ ਅੰਮ੍ਰਿਤਪਾਲ ਦੇ ਕਿ ਸਾਡੀ ਐਦਾਂ ਦੀ ਗੱਲ ਕੋਈ ਨਹੀਂ ਹੋਈ ਪਿਛਲੀ ਵਾਰ ਬੀਬੀ ਖਲੜਾ ਦੇ ਮੁਕਾਬਲੇ ਦੇ ਵਿੱਚ ਅਕਾਲੀ ਦਲ ਨੇ ਉਮੀਦਵਾਰ ਖੜਾ ਕਰਕੇ ਗਲਤੀ ਕੀਤੀ ਐ ਐਤਕੀ ਫੇਰ ਖੜਾ ਕਰ ਦਿੱਤਾ ਅਮਰਤਪਾਲ ਸਿੰਘ ਦੇ ਖਿਲਾਫ ਉਮੀਦਵਾਰ ਇਹਨਾਂ ਨੂੰ ਨਾਮ ਵਾਪਸ ਲੈ ਲੈਣਾ ਚਾਹੀਦਾ ਇਸ ਹਾਲਾਤ ਦੇ ਵਿੱਚ ਟੋਣ ਲੜੀ ਜਾ ਰਹੀ ਐ ਮੁਕਾਬਲਾ ਉੱਥੇ ਮੈਂ ਪੰਜ ਕੋਣਾ ਮੰਨਦਾ ਉਸ ਪੰਜ ਕੋਣੇ ਮੁਕਾਬਲੇ ਦੇ ਵਿੱਚ ਕੌਣ ਕੀ ਦੀਆਂ ਕਿੰਨੀਆਂ ਵੋਟਾਂ ਕੱਟ ਜਾਊਗਾ ਸਮਾਂ ਦੱਸੂਗਾ ਲਾਲਜੀਤ ਸਿੰਘ ਭੁੱਲਰ ਸਭ ਤੋਂ ਪਹਿਲਾਂ ਉਮੀਦਵਾਰ ਐਲਾਨੇ ਗਏ ਸੀ ਫਿਰ ਸਭ ਤੋਂ ਬਾਅਦ ਮੇਰਾ ਖਿਆਲ ਹੈ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਕੁਲਵੀਰ ਸਿੰਘ ਜੀਰਾ ਕਾਂਗਰਸ ਦੇ ਉਮੀਦਵਾਰ ਐਲਾਨੇ ਗਏ ਆ ਭਾਜਪਾ ਦੇ ਮਨਜੀਤ ਸਿੰਘ ਮ ਤੇ ਕਾਂਗਰਸ ਦੇ ਉਮੀਦਵਾਰ ਕੁਲਵੀਰ ਸਿੰਘ ਜੀਰਾ ਆਪਾਂ ਗੱਲ ਕੀਤੀ ਐ ਵਿਰਸਾ ਸਿੰਘ ਬਲਟੋਹਾ ਅਕਾਲੀ ਦਲ ਦੇ ਉਮੀਦਵਾਰ ਆ ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵਾਪਸ ਲੈ ਲਿਆ ਸੀ ਨਾ ਤੇ ਹੁਣ ਦਾਖਲ ਫਿਰ ਕਾਗਜ਼ ਕੀਤੇ ਗਏ ਬਲੇਰ ਸਾਹਿਬ ਦੇ ਵੱਲੋਂ ਤੇ ਇਹਨੇ ਪਾਈ ਕੀ ਮੰਨਦਾ ਪਰ ਖਡੂਰ ਸਾਹਿਬ ਦੀ ਸੀਟ ਨੂੰ ਪੰਥਕ ਸੀਟ ਕਿਹਾ ਜਾਂਦਾ ਹਾਲਾਂਕਿ ਮੈਂ ਸੋਚਦਾ ਵੀ ਪੰਥ ਇੱਕ ਸੀਟ ਤੱਕ ਨਹੀਂ ਸੀਮਿਤ ਪੰਥ ਤਾਂ ਚਾਰੇ ਪਾਸੇ ਆ ਪੰਥ ਦੀਆਂ ਧੁਮਾਂ ਪੰਥ ਦੀਆਂ ਗੂੰਜਾਂ ਪੈਂਦੀਆਂ ਰਹਿਣੀਆਂ ਚਾਹੀਦੀਆਂ ਪਰ ਗੱਲ ਇਹ ਜਿਕੇ ਇਹ ਸੀਟ ਪੰਥਕ ਮੰਨੀ ਜਾਂਦੀ ਆ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਵੱਖ-ਵੱਖ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਪਰ ਜੇਕਰ ਪ੍ਰਚਾਰ ਨੇ ਉੱਥੇ ਹੀ ਆਪਾਂ ਗੱਲ ਕਰੀਏ ਥੋੜੀ ਜੀ ਵਿਸਥਾਰ ਦੇ ਵਿੱਚ ਤਾਂ ਪ੍ਰਚਾਰ ਇਤਕੀ ਓਵੇਂ ਨਹੀਂ ਹੋ ਰਿਹਾ ਜਿਵੇਂ ਕਿ ਆਮ ਤੌਰ ਤੇ ਹੁੰਦਾ ਹਾਂ ਪ੍ਰਚਾਰ ਕਰਨ ਦੇ ਵਿੱਚ ਸਮਰਥਕ ਆ ਜਿਹੜੇ ਜਿਹੜੇ ਡੈਡੀਕੇਟਿਡ ਹੁੰਦੇ ਆ ਜਨੂਨੀ ਹੁੰਦੇ ਆ ਜਿਹੜੇ ਪ੍ਰਸ਼ੰਸਕ ਉਹ ਵੱਖ-ਵੱਖ ਬੰਦੇ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਆ ਪਰ ਜਿਵੇਂ ਅਸੀਂ ਆਮ ਲੋਕਾਂ ਨੂੰ ਵੀ ਹੀਰਾ ਘਤ ਘਤ ਕੇ ਜਾਂਦੇ ਇੱਕ ਤੋਂ ਦੂਜੇ ਥਾਂ ਤੱਕ ਦੇਖਦੇ ਹੁੰਦੇ ਸੀ ਇਤਕੀ ਪੰਜਾਬ ਦੇ ਵਿੱਚ ਉਹ ਕੁਝ ਨਜ਼ਰ ਨਹੀਂ ਆ ਰਿਹਾ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਐਤਕੀ ਐਨ ਆਰ ਆਈ ਭਾਈਚਾਰੇ ਦਾ ਵੱਡਾ ਹਿੱਸਾ ਇੱਕ ਪੈਸੇ ਦੀ ਦਿਲਚਸਪੀ ਨਹੀਂ ਲੈ ਰਿਆ ਇਹਨਾਂ ਚੋਣਾਂ ਦੇ ਵਿੱਚ 2022 ਦੇ ਵਿੱਚ ਰੁਪਈਏ ਵੀ ਬਹੁਤ ਦਿੱਤੇ ਐਨ ਆਰ ਆਈ ਭੈਣਾ ਵੀਰਾਂ ਨੇ ਵੱਖ-ਵੱਖ ਬੰਦਿਆਂ ਨੂੰ ਉਹ ਆਪ ਆ ਕੇ ਵੀ ਚੋਣਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਉਹਨਾਂ ਨੇ ਬਾਹਰ ਬੈਠਿਆਂ ਨੇ ਫੋਨ ਤੇ ਘਟਲੀਆਂ ਵੀ ਆਪਣਿਆਂ ਨੂੰ ਬੜੀਆਂ ਖੜਕਾਈਆਂ ਕਿ ਭਾਈ ਇਹਨੂੰ ਵੋਟ ਪਾਇਓ ਇਹਨੂੰ ਵੋਟ ਪਾਇਓ ਇਹਨੂੰ ਨਾ ਪਾਇਓ ਇਹਨੂੰ ਨਾ ਪਾਇਓ ਪਰ ਐਤਕੀ ਉਹ ਗੱਲ ਨਜ਼ਰ ਨਹੀਂ ਆ ਰਹੀ ਐਤਕੀ ਉਹ ਗੱਲ ਬਣ ਨਹੀਂ ਰਹੀ ਐਨ ਆਰ ਆਈ ਭਾਈਚਾਰੇ ਦਾ ਵੀ ਮੋਹ ਭੰਗ ਹੋ ਗਿਆ ਵੀ ਇੱਥੇ ਤਾਂ ਆਹੀ ਕੁਝ ਆ ਜਿਹਦੇ ਹੱਕ ਦੇ ਵਿੱਚ ਭੁਗਤਦੇ ਰਹੇ ਆ ਉਹਨੇ ਕੱਲ ਨੂੰ ਪਤਾ ਨਹੀਂ ਕਿੱਧਰ ਚਲੇ ਜਾਣਾ ਜਿਹਨੂੰ ਅਸੀਂ ਮਾੜਾ ਕਹਨੇ ਆ ਉਹਦੇ ਨਾਲ ਜੱਫੀ ਪਤਾ ਨਹੀਂ ਕਿਹਦੀ ਪੈ ਜਾਣੀ ਆ ਸੋ ਇਸ ਕਰਕੇ ਚੁੱਪ ਆ ਪਰ ਲੰਘੇ ਕੱਲ ਸੁਨੀਲ ਜਾਖੜ ਸਾਹਿਬ ਨੇ ਇੱਕ ਗੱਲ ਕਹੀ ਆ ਉਹਨਾਂ ਨੇ ਕਿਸਾਨਾਂ ਬਾਰੇ ਗੱਲ ਕਹੀ ਆ ਕਿ ਚੌਂਕਾਂ ਦੇ ਵਿੱਚ ਖੜਕੇ ਤੇ ਸੜਕਾਂ ਦੇ ਉੱਤੇ ਰਾਹ ਰੋਕ ਕੇ ਤੇ ਕਿਹੜਾ ਇਨਸਾਫ ਮਿਲਦਾ ਕਿਹੜੀ ਆਪਾਂ ਹੱਕ ਦੀ ਗੱਲ ਕਰਦੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਇਹ ਮਸਲੇ ਬੈਠ ਕੇ ਹੱਲ ਹੁੰਦੇ ਆ ਤੇ ਮੇਰੀ ਬੇਨਤੀ ਹੈ ਜਾਖੜ ਸਾਹਿਬ ਨੂੰ ਕਿ ਉਹ ਬੈਠੇ ਹੀ ਆ ਉਹਨਾਂ ਨੂੰ ਇਸ ਵੇਲੇ 81 82 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਮੇਰੇ ਖਿਆਲ 90 ਦਿਨ ਹੀ ਹੋ ਗਏ ਆ ਇਸ ਵੇਲੇ ਸ਼ੰਭੂ ਤਖਨੌਰੀ ਬਾਡਰ ਤੇ ਬੈਠੇ ਕਿਸਾਨਾਂ ਨੂੰ ਉਹਨਾਂ ਦਾ ਮਸਲਾ ਹੱਲ ਹੋ ਜਾਣਾ ਚਾਹੀਦਾ ਇੱਕ ਸਾਲ ਤੇ ਕੋਈ ਦਿਨ ਬੈਠ ਕੇ ਹੀ ਕਿਸਾਨਾਂ ਨੇ ਮੋਦੀ ਸਰਕਾਰ ਤੋਂ ਮੰਗਾਂ ਬਨਵਾਈਆਂ ਉਹ ਮੰਗਾਂ ਪ੍ਰੈਕਟੀਕਲ ਤੌਰ ਤੇ ਲਾਗੂ ਨਹੀਂ ਹੋਈਆਂ ਇਸ ਕਰਕੇ ਝੰਡੀਆਂ ਲੈ ਕੇ ਖੜਦੇ ਆ ਇਹ ਤਾਂ ਕਿਹੜਾ ਚਿੰਤਾ ਕਰਦਾ ਕਿ ਭਾਈ ਮੈਂ ਪੱਖੇ ਥੱਲੋਂ ਨਿਕਲ ਕੇ ਤੇ ਸੜਕ ਦੇ ਉੱਤੇ ਆ ਜਾ ਤੁਸੀਂ ਤਾਂ ਵੋਟਾਂ ਲੈਣੀਆਂ ਹੋਣੀਆਂ ਇਸ ਕਰਕੇ ਆਉਨੇ ਆ ਉਹਨਾਂ ਨੇ ਤਾਂ ਕੁਝ ਵੀ ਨਹੀਂ ਲੈਣਾ ਉਹਨਾਂ ਦੇ ਹੱਥ ਹੀ ਖੜੇ ਹੋ ਗਏ ਇੱਕ ਤਰੀਕੇ ਦੇ ਨਾਲ ਹੱਥ ਖੜੇ ਤੋਂ ਭਾਵ ਇਹ ਆ ਵੀ ਤੁਸੀਂ ਮੰਨਦੇ ਹੀ ਨਹੀਂ ਤੁਹਾਡੀ ਪਾਰਟੀ ਮੰਨਦੀ ਨਹੀਂ ਤੇ ਉਹ ਕਹਿੰਦੇ ਜੀ ਸਸਤਾ ਫਿਰ ਇੱਥੇ ਖੜ ਕੇ ਰੌਲਾ ਪਾਉਣਾ ਉਹ ਕਰਨ ਤਾਂ ਕੀ ਕਰਨ ਲੰਘੇ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ 12 ਨਸੀਤੋ ਆਪਣੇ ਕਾਗਜ਼ ਦਾਖਲ ਕੀਤੇ ਤੀਜੀ ਵਾਰ ਉਹਨਾਂ ਦੇ ਵੱਲੋਂ ਕਾਗਜ਼ ਦਾਖਲ ਕਰਕੇ ਇਹ ਗੱਲ ਕਹੀ ਗਈ ਆ ਕਿ ਅਬ ਕੀ ਬਾਰ 400 ਦੇ ਪਾਰ ਵਿਰੋਧੀ ਕਹਿੰਦੇ ਵੀ ਅਬ ਕੀ ਬਾਰ 250 ਦੇ ਪਾਰ ਵੀ ਨਹੀਂ ਇਦਾਂ ਦੀਆਂ ਗੱਲਾਂ ਚੱਲਦੀਆਂ ਪਰ ਪ੍ਰਧਾਨ ਮੰਤਰੀ ਸਾਹਿਬ ਦੇ ਖਾਤੇ ਦੇ ਵਿੱਚ ਕਿੰਨੇ ਕ ਪੈਸੇ ਆ ਉਹਨਾਂ ਦੇ ਕੋਲੇ ਹਕੀਕੀ ਜਦੋਂ ਉਹਨਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਤਾਂ ਫਿਰ ਇੰ样 ਲੱਗਦਾ ਵੀ ਉਹਨਾਂ ਦੇ ਕੋਲੇ ਬਹੁਤਾ ਕੁਝ ਹੈ ਨਹੀਂ ਹਾਲਾਂਕਿ ਕਈ ਵਿਰੋਧੀ ਇਹ ਵੀ ਗੱਲ ਕਹਦੇ ਆ ਵੀ ਜੇਕਰ ਝੂਟਣ ਨੂੰ ਹੈਲੀਕਾਪਟਰ ਹੋਵੇ ਤੇ ਮਹਿਲ ਵਰਗਾ ਸਰਕਾਰੀ ਘਰ ਹੋਵੇ ਤੇ ਜੇਕਰ ਨੌਕਰ ਚਾਕਰ ਹੋਣ ਤੇ ਜੇਕਰ ਗਨਮੈਨਾਂ ਦੀਆਂ ਵਹੀਰਾਂ ਕੱਤਿਆਂ ਹੋਣ ਮੁਰਗਾਂ ਡਾਰਾਂ ਹੋਣ ਤੇ ਫਿਰ ਭਾਈ ਆਪਣਾ ਘਰ ਕਰਨਾ ਵੀ ਕੀ ਆ ਤੇ ਫਿਰ ਖਾਤੇ 'ਚ ਭਾਵੇਂ ਦੁੱਕੀ ਨਾ ਹੋਵੇ ਫਿਰ ਆਪਾਂ ਕਰਨਾ ਵੀ ਕੀ ਆ ਜੇ ਬਿਮਾਰ ਮਗਰੋਂ ਹੋ ਗਿਆ ਡਾਕਟਰ ਪਹਿਲਾਂ ਫਿਰਦੇ ਹੋਣ ਤੇ ਖਾਣੇ ਦੇ ਵਿੱਚ ਜੋ ਮਰਜ਼ੀ ਮਿਲਦਾ ਹੋਵੇ ਤੇ ਫਿਰ ਤਾਂ ਭਾਈ ਚੱਕਰੀ ਕੋਈ ਨਹੀਂ ਫਿਰ ਬੰਦੇ ਕਹਿੰਦੇ ਵੀ ਭਾਈ ਅਸੀਂ ਵੀ ਣੀ ਤਰਖਾ ਲਿਆ ਕਰਾਂਗੇ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਸਾਂਝਾ ਕਰਦੇ ਆ ਕਿ ਮੋਦੀ ਸਾਹਿਬ ਦੇ ਕੋਲੇ ਕਿੰਨਾ ਕੁ ਸਰਮਾਇਆ ਜਿਹੜਾ ਕੁ ਉਹਨੇ ਨਾਮਜ਼ਦਗੀ ਕਾਗਜ਼ ਦੇ ਵਿੱਚ ਦਾਖਲ ਕੀਤਾ ਤੇ ਫਿਰ ਕਰਾਂਗੇ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੋ ਕਾਗਜ਼ ਦਾਖਲ ਕੀਤੇ ਗਏ ਨੇ ਹਲਫ ਨਾਮੇ ਦੇ ਮੁਤਾਬਕ ਉਹਨਾਂ ਦੇ ਕੋਲੇ ਸਿਰਫ 52920 ਰੁਪਏ ਨਕਦ ਹਨ ਇਹਦੇ ਵਿੱਚੋਂ 24920 ਰੁਪਏ ਤਾਂ ਪਹਿਲਾਂ ਦੇ ਨੇ ਤੇ 28000 ਰੁਪਏ ਨਾਮਜ਼ਦਗੀ ਤੋਂ ਇੱਕ ਦਿਨ ਪਹਿਲਾਂ ਬੈਂਕ ਦੇ ਵਿੱਚੋਂ ਕਢਵਾਇਆ ਗਿਆ ਦੌਲਤ ਦੇ لحاظ ਨਾਲ ਦੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਤਾਕਤਵਰ ਨੇਤਾਵਾਂ ਦੇ ਵਿੱਚ ਗਿਣੇ ਜਾਣ ਦੇ ਬਾਵਜੂਦ ਉਹ ਇਸ ਵੇਲੇ ਜੇਬੋ ਖਾਲੀ ਨੇ ਉਹਨਾਂ ਦੇ ਦੋ ਬੈਂਕ ਖਾਤੇ ਨੇ ਇੱਕ ਜੱਦੀ ਸ਼ਹਿਰ ਗਾਂਧੀ ਨਗਰ ਦੇ ਵਿੱਚ ਤੇ ਦੂਜਾ ਵਾਰਾਨਸੀ ਦੇ ਵਿੱਚ ਮੋਦੀ ਦੇ ਗਾਂਧੀ ਨਗਰ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਖਾਤੇ ਦੇ ਵਿੱਚ ਕੁਝ ਹਜ਼ਾਰ ਰੁਪਏ ਜਮ੍ਹਾਂ ਹੈ ਤੇ ਵਾਰਾਨਸੀ ਦੇ ਖਾਤੇ ਦੇ ਵਿੱਚ ਵੀ ਸਿਰਫ 70000 ਰੁਪਏ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕੋਲ SBI ਦੇ ਵਿੱਚ 2 ਕਰੋੜ ਤੇ 85 ਲੱਖ ਰੁਪਏ ਦੀ ਫਿਕਸ ਡਿਪੋਜ਼ਿਟ ਜਿਹਨੂੰ ਅਸੀਂ FD ਕਹਿੰਦੇ ਆ ਉਹ ਹੈ ਇਸ ਤੋਂ ਇਲਾਵਾ ਉਹਨਾਂ ਨੇ ਨੈਸ਼ਨਲ ਸੇਵਿੰਗ ਸਰਟੀਫਿਕੇਟ ਦੇ ਵਿੱਚ 912398 ਰੁਪਏ ਨਿਵੇਸ਼ ਕੀਤੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਕੋਲ ਨਕਦੀ ਤੋਂ ਇਲਾਵਾ 45 ਗ੍ਰਾਮ ਵਜ਼ਨ ਦੀਆਂ 4 ਸੋਨੇ ਦੀਆਂ ਮੁੰਦੀਆਂ ਨੇ ਜਿਨ੍ਹਾਂ ਦੀ ਕੀਮਤ 2 ਲੱਖ ਤੇ 67000 ਰੁਪਏ ਦੱਸੀ ਜਾਂਦੀ ਹੈ ਸੋ ਪ੍ਰਧਾਨ ਮੰਤਰੀ ਮੋਦੀ ਦੇ ਕੋਲ ਕੁੱਲ ਨਕਦੀ ਪੈਸਾ ਤੇ ਸੋਨਾ 3 ਕਰੋੜ ਤੇ 2 ਲੱਖ ਰੁਪਏ ਦਾ ਤੇ ਇਸ ਤੋਂ ਇਲਾਵਾ ਉਹਨਾਂ ਦਾ ਬੈਗ ਪੂਰੀ ਤਰ੍ਹਾਂ ਖਾਲੀ ਹੈ ਜਾਇਦਾਦ ਦੇ ਨਾਂ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਜ਼ੀਰੋ ਹਨ ਇਸ ਖਬਰ ਦੇ ਉੱਤੇ ਟਿੱਪਣੀ ਕਰਨੀ ਹੈ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹੋ ਸਕਦਾ ਪ੍ਰਧਾਨ ਮੰਤਰੀ ਸਾਹਿਬ ਦੇ ਕੋਲੇ ਕੋਈ ਜਾਇਦਾਦ ਨਾ ਹੋਵੇ ਹੋ ਸਕਦਾ ਵੀ ਸੱਚੀ ਮੁੱਚੀ ਇੰਨੇ ਪੈਸੇ ਹੋਣ ਉਹਨਾਂ ਨੇ ਜੋ ਢਾਕਲ ਕੀਤਾ ਕਾਗਜ਼ਾਂ ਦੇ ਵਿੱਚ ਇਰੇਤੇ ਆਪਾਂ ਯਕੀਨ ਕਰਦੇ ਆ ਪਰ ਗੱਲ ਇਹ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਕੋਲੇ ਸਹੂਲਤਾਂ ਬਹੁਤ ਕੁਝ ਆ ਤੇ ਬਹੁਤ ਕੁਝ ਦੇਸ਼ ਨੂੰ ਦੇ ਸਕਦੇ ਆ ਉਹਨਾਂ ਦੇ ਉੱਤੇ ਬਹੁਤ ਸਾਰੇ ਇਸ ਗੱਲ ਦੇ ਵੀ ਸਮੇਂ-ਸਮੇਂ 'ਤੇ ਉੱਤੇ ਇਲਜ਼ਾਮ ਲੱਗੇ ਕਿ ਕਹਿ ਮੁਤਾਬਕ ਕੰਮ ਨਹੀਂ ਹੋਏ ਤੇ ਕਈ ਉਹਨਾਂ ਨੇ ਦੇਸ਼ ਲਈ ਕੰਮ ਚੰਗੇ ਵੀ ਕੀਤੇ ਆ ਇਤ ਕੀ ਤੀਜੀ ਵਾਰ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਦਾ ਕਿ ਨਹੀਂ ਮਿਲਦਾ ਇਹ ਸਮੇਂ ਨੇ ਬਿਆਨ ਕਰਨਾ ਵਿਰੋਧੀ ਇਹ ਗੱਲ ਕਹਿੰਦੇ ਵੀ ਸੱਟਾ ਬਾਜ਼ਾਰ ਵੀ ਕਹਿੰਦਾ ਵੀ 220 ਤੋਂ ਲੈ ਕੇ 230 ਸੀਟਾ ਮਿਲਣਗੀਆਂ ਤੇ ਭਾਜਪਾ ਇਹ ਗੱਲ ਕਹਿੰਦੀ ਕਿ ਕੋਈ ਸੱਟਾ ਬਾਜ਼ਾਰ ਨਹੀਂ ਤੇ ਕੋਈ ਸਰਵੇ ਨਹੀਂ ਤੁਸੀਂ ਦੇਖੋ ਸੀ ਕਮਾਲਾ ਹੋ ਜਾਣੀਆਂ ਸੋ ਇਹ ਸਾਰੇ ਵਰਤਾਰੇ ਦੇ ਵਿੱਚ ਇਲਜ਼ਾਮਾਂ ਦੇ ਵਿੱਚ ਦੂਸ਼ਣਬਾਜ਼ੀ ਦੇ ਸਿਲਸਿਲੇ ਦੇ ਵਿੱਚ ਚਾਰ ਪੜਾਵਾਂ ਦੀਆਂ ਵੋਟਾਂ ਪੈ ਗਈਆਂ ਤਿੰਨਾਂ ਦੀਆਂ ਬਾਕੀ ਆ ਤੇ 4 ਜੂਨ ਨੂੰ ਜੂਨ ਨੂੰ ਨਤੀਜੇ ਆਉਣਗੇ ਤਾਂ ਸਵੇਰੇ ਮੇਰਾ ਖਿਆਲ ਵੀ 11 ਵਜੇ ਪਤਾ ਲੱਗਣਾ ਸ਼ੁਰੂ ਹੋ ਜਾਣਾ ਵੀ ਭਾਈ ਸਰਕਾਰ ਕਿਹੜੇ ਪਾਸੇ ਦੀ ਬਣਦੀ ਹੈ ਇੰਡੀਆ ਜਾਂ ਇੰਡੀਏ ਗੱਠ ਛੋੜਦੀ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ